ਭਾਰਤ ਸਰਕਾਰ ਵੱਲੋਂ ਆਰਥਿਕ ਤੌਰ ਤੇ ਵਿਕਾਸ ਪੱਖੋਂ ਪਛੜੇ ਦੇਸ਼ ਦੇ 115 ਜ਼ਿਲ੍ਹਿਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਕਿ ਇਹਨਾਂ ਦਾ ਪਛੜਾਪਨ ਦੂਰ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਹਰਸਿਮਰਤ ਕੌਰ ਬਾਦਲ ਨੇ ਫਿਰੋਜ਼ਪੁਰ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਵਿਧਾਇਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਸਰਕਾਰ ਵੱਲੋਂ ਦੇਸ਼ ਦੇ ਸਭ ਤੋਂ ਪਛੜੇ ਜ਼ਿਲ੍ਹਿਆਂ ਦੇ ਵਿਕਾਸ ਨੂੰ 2022 ਤੱਕ ਮੁਕੰਮਲ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਪ੍ਰਧਾਨ ਮੰਤਰੀ ਖੁਦ ਇਸ ਕੰਮ ਦਾ ਰਿਵਿਊ ਕਰਦੇ ਹਨ। ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਇਆ ਅਤੇ ਇਹਨਾਂ ਦੇ ਠੋਸ ਹੱਲ ਲਈ ਕੇਂਦਰ ਵੱਲੋਂ ਸਹਾਇਤਾ ਦੀ ਮੰਗ ਕੀਤੀ ਹੈ। ਸਾਰੇ ਦੇਸ਼ ਮੇ ਕੁਛ ਐਸੇ ਡਿਸਟ੍ਰਿਕਟਸ ਚੁਣੇ ਹੈ ਜਿਨਮੇ ਇੰਪਰੂਵਮੈਂਟ ਕਰੀ ਜਾ ਸਕਤੀ ਹੈ, ਇਨਕੋ ਐਸਪੀਰੇਸ਼ਨਲ ਡਿਸਟ੍ਰਿਕਟਸ ਮਾਨਾ ਜਾਤਾ ਹੈ ਔਰ 135 ਐਸੇ ਇਨਕੋ ਆਈਡੈਂਟੀਫਾਈ ਕੀਆ ਹੈ। ਉਸਕੇ ਬਾਅਦ ਉਧਰ ਉਨ ਡਿਸਟ੍ਰਿਕਟਸ ਕੇ ਡੀਸੀਸ ਕੇ ਸਾਥ ਮੀਟਿੰਗ ਕਰੀ ਔਰ ਹਰ ਦੋ ਹਫਤੇ ਬਾਅਦ ਉਸਕੋ ਮੋਨੀਟਰ ਕਰ ਰਹੇ ਹੈ ਕਿ ਸਰਟਨ ਚੀਜ਼ੋਂ ਮੇ ਐਜੂਕੇਸ਼ਨ ਮੇ, ਹੈਲਥ ਮੇ, ਇਨਫਰਾਸਟ੍ਰਕਚਰ ਮੇ, ਐਗਰੀਕਲਚਰ ਮੇ, ਸਕਿੱਲ ਮੇ, ਯੇ ਪੈਰਾਮੀਟਰ ਜੋ ਨੈਸ਼ਨਲ ਐਵਰੇਜ ਹੈ ਉਸ ਤੱਕ ਕੈਸੇ ਪਹੁੰਚਾਇਆ ਜਾਏ ਔਰ ਉਸਮੇ ਸੈਂਟਰ ਔਰ ਸਟੇਟ ਕੀ ਸਰਕਾਰੇ ਕਿਆ ਇਕੱਠੇ ਹੋ ਕੇ ਵਹੀ ਆਫਿਸਰਸ ਕੈਸੇ ਉਸਕੋ ਔਰ ਬੜੀਆ ਕਰ ਸਕਤੇ ਹੈ। ਸੋ ਯੇ ਜੋ ਮੋਗਾ ਔਰ ਫਿਰੋਜ਼ਪੁਰ ਜੋ ਦੋ ਪੰਜਾਬ ਕੇ ਡਿਸਟ੍ਰਿਕਟਸ ਹੈ ਉਸਕੀ ਮੋਨੀਟਰਿੰਗ ਮੇਰੇ ਕੋ ਜ਼ਿੰਮੇਵਾਰੀ ਦੀ ਗਈ ਹੈ ਜਿਸਕੇ ਕਰਕੇ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਲਗਾਤਾਰ ਇਸਕੇ ਜੁਆਇੰਟ ਸੈਕਟਰੀ ਦਿੱਲੀ ਸੇ ਆਕੇ ਮੀਟਿੰਗ ਕਰਤੇ ਰਹੇ ਹਾਂ। ਅੱਜ ਪਹਿਲੀ ਵਾਰੀ ਮਿਨਿਸਟਰ ਲੈਵਲ ਪੇ ਹੋਈ ਹੈ ਕਿਉਂਕਿ ਹਮਕੋ ਵੀ ਇਸਕੋ ਓਵਰਆਲ ਦੇਖ ਕੇ ਪ੍ਰਧਾਨ ਮੰਤਰੀ ਜੀ ਕੋ ਰਿਪੋਰਟ ਦੇਣੀ ਹੈ ਔਰ 14 ਅਪ੍ਰੈਲ ਕੋ 3 ਮਹੀਨੇ ਮੇ ਕਿਆ ਇੰਪਰੂਵਮੈਂਟ ਕਰੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਆਫਿਸਰਸ ਨੇ ਆਪਣੀ ਕਿਆ ਸੋਚ ਲਗਾ ਕੇ ਉਨ ਪੈਰਾਮੀਟਰਸ ਕੋ ਕੈਸੇ ਇੰਪਰੂਵ ਕੀਆ ਹੈ। 14 ਫਰਵਰੀ ਕੋ ਪ੍ਰਧਾਨ ਮੰਤਰੀ ਜੀ ਇੱਕ ਵਾਰ ਫਿਰ ਖੁਦ ਸੇ ਮੀਟਿੰਗ ਲੇਂਗੇ ਔਰ ਜੌਨਸੇ ਡਿਸਟ੍ਰਿਕਟ ਨੇ ਸਭਸੇ ਅੱਛਾ ਬਿਹਤਰ ਪਰਫਾਰਮ ਕਰਕੇ ਇੰਪਰੂਵਮੈਂਟ ਕਰੀ ਹੈ ਉਸ ਡਿਸਟ੍ਰਿਕਟ ਮੇ ਜਾ ਕੇ ਵੋ ਜਾ ਕੇ ਉਸਕੋ ਸਟੱਡੀ ਕਰੇਂਗੇ ਕਿ ਉਨ੍ਹੋਂਨੇ ਕੈਸੇ ਕਰੀ ਹੈ। ਤੋ ਯਹੀ ਆਜ ਉਨਕੋ ਦੇਖਨੇ ਕੇ ਲਈ ਕਿ ਕਿਆ ਪੈਰਾਮੀਟਰਸ ਹੈ, ਹਮ ਕਹਾਂ ਪੇ ਖੜੇ ਹੈ, ਨੈਸ਼ਨਲ ਐਵਰੇਜ ਕਿਆ, ਹਮਾਰਾ ਗੋਲ ਕਿਆ ਹੈ ਔਰ ਉਸ ਗੋਲ ਤੱਕ ਪਹੁੰਚਨੇ ਕੇ ਲਈ ਕਿਆ ਕਰਨੇ ਕੀ ਜ਼ਰੂਰਤ ਹੈ ਇਸਕੀ ਚਰਚਾ ਹੋਈ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ, ਚੈਨਲ 2।